अस्सलाम वालेकुम दोस्तों दोस्तों अगर तुसी साइड बिजनेस करना चाहते हो तो यह एक बिजनेस जे घर घर जाके कणक साफ करने वाली मशीन इन पीण करने वाली मशीन भी आखते हैं। यह मशीन सरकार तकरीबन ₹1,30,000 दे राउंड अबाउट जड़ी अच्छी मशीन है वह तैयार होती है और सरकार मेरी ये तुहाडा महीने में तकरीबन 1.5 लाख रुपया बचत जड़ी है ना ਉਹ ਇਹਦੇ ਵਿੱਚ ਤੁਹਾਡੀ ਆਵੇਗੀ। ਠੀਕ ਹੈ, ਇਸ ਵਿੱਚ ਸਰਕਾਰ ਮੇਰੀ ਤੁਸੀਂ ਕਰਨਾ ਕੀ ਹੈ, ਇੱਕ ਮਸ਼ੀਨ ਲੈਣੀ ਹੈ, ਇੱਕ ਦੁਆਨੇ ਦੇ ਵਾਸਤੇ ਚਾਹੀਦਾ ਮੋਟਰਸਾਈਕਲ, ਮੋਟਰਸਾਈਕਲ ਦੇ ਪਿੱਛੇ ਇਹਦੇ ਹੁੱਕ ਲੱਗੀ ਹੈ, ਹੁੱਕ ਲਾ ਕੇ ਇਹ ਅੱਗੇ ਲੱਗੀ ਹੁੰਦੀ ਹੈ। ਠੀਕ ਹੈ, ਇਸ ਨੇ ਸਰਕਾਰ ਮੇਰੀ ਤੁਸੀਂ ਲੈ ਕੇ ਉੱਤੇ 2 ਮੁੰਡੇ ਰੱਖ ਛੱਡਣੇ ਨੇ, ਜੇ ਅਗਰ ਖੁਦ ਮਿਹਨਤ ਕਰ ਸਕਦੇ ਹੋ ਤਾਂ ਫਿਰ ਤਾਂ ਹੋਰ ਜ਼ਿਆਦਾ ਹੈ ਨਾ, 2 ਮੁੰਡੇ ਰੱਖ ਛੱਡੋ। ਇਹਦੇ ਵਿੱਚ ਆਮ ਜਿਹੜਾ ਰੂਟੀਨ ਵਾਈਜ਼ ਰੇਟ ਚੱਲਦਾ ਪਿਆ 100 ਰੁਪਇਆ ਬੋਰੀ ਦਾ ਜਾਂ 150 ਰੁਪਇਆ ਬੋਰੀ ਦਾ ਚੱਲਦਾ ਪਿਆ। ਇਹ ਉਹ ਕੀ ਕਰਦੇ ਨੇ ਬੰਦੇ, ਜਦੋਂ ਕਣਕ ਬੰਦੇ ਦੇ ਘਰਾਂ 'ਚ ਆ ਜਾਂਦੀ ਹੈ, ਘਰ ਘਰ ਇਸ਼ਤਿਹਾਰ ਸੈੱਟ ਬਣਵਾ ਕੇ ਆਪਣੀ ਪਬਲਿਸਿਟੀ ਦੇ, ਉਸ ਤੋਂ ਬਾਅਦ ਸਰਕਾਰ ਇਸ ਨੂੰ ਚਲਾ ਦਿਓ, 2 ਬੰਦੇ ਉੱਤੇ ਰੱਖੋ, ਉਹਨਾਂ ਬੰਦਿਆਂ ਦੀ ਮਜ਼ਦੂਰੀ ਹੁੰਦੀ ਜੇ 30 ਰੁਪਏ ਬੋਰੀ, ਅਤੇ ਪਰ ਡੇ ਘੱਟ ਤੋਂ ਘੱਟ ਵੀ ਕਰਨ 150 ਬੋਰੀ ਉਹ ਸਾਫ਼ ਕਰਦੇ ਨੇ ਕਣਕ ਘਰ ਘਰ ਜਾ ਕੇ। ਹਰ ਘਰ 'ਚ ਤਕਰੀਬਨ 10 ਬੋਰੀਆਂ ਹੁੰਦੀ ਹੈ ਕਣਕ। ਠੀਕ ਹੈ, 150 ਬੋਰੀ ਕਰਨ ਅਤੇ ਉਹ ਤੁਹਾਡਾ ਤਕਰੀਬਨ ਉਸ ਉਹਨਾਂ ਨੇ ਕਰਨਾ 15,000 ਦਾ ਕੰਮ। ਠੀਕ ਹੈ, ਜਿਹਦੇ 'ਚ ਉਹਨਾਂ ਦੀ 30 ਰੁਪਏ ਫੀ ਬੋਰੀ ਮਜ਼ਦੂਰੀ ਹੋਣੀ ਹੈ, ਉਹ ਉਹਨਾਂ ਨੂੰ ਤੁਸੀਂ ਦੇ ਛੱਡਣੀ ਹੈ, ਬਕਾਇਆ ਤੁਹਾਡੇ ਕੋਲ ਨੇ। ਠੀਕ ਹੈ, ਔਰ ਇਹ 1.5 ਮਹੀਨੇ ਦੇ ਅੰਦਰ ਕਮ ਅਜ਼ ਕਮ ਇਹ ਮਸ਼ੀਨ ਬਚਤ ਦਿੰਦੀ ਜੇ, 1.5 ਮਹੀਨੇ ਇਹਦਾ ਸੀਜ਼ਨ ਹੁੰਦਾ, 1.5 ਮਹੀਨੇ ਵਿੱਚ ਬਚਤ ਦਿੰਦੀ ਜੇ ਤਕਰੀਬਨ 1.5 ਲੱਖ ਰੁਪਇਆ। ਠੀਕ ਹੈ, ਔਰ ਮਸ਼ੀਨ ਦਾ ਕੋਈ 19-20 ਦਾ ਵੀ ਨੁਕਸਾਨ ਨਹੀਂ ਹੁੰਦਾ ਹੈ। ਠੀਕ ਹੈ, ਇਹਦੇ ਵਿੱਚ 1-2 ਚੀਜ਼ਾਂ ਹੀ ਹੁੰਦੀਆਂ ਨੇ ਗੱਸਣੇ ਵਾਲੀਆਂ, ਉਹ ਵੀ ਲੇਕਿਨ 2-3 ਸਾਲ ਘੱਟਦੀਆਂ ਨੇ। ਇਹਦੇ ਵਿੱਚ ਗੱਸਣੇ ਵਾਲੀ ਚੀਜ਼ ਹੁੰਦੀ ਜੇ ਇਹ ਫਿਲਟਰ ਪਏ ਆ ਜੇ ਗੋਲ। ਠੀਕ ਹੈ, ਇਹ ਕਦੇ ਵੀ ਗੱਸਣੇ ਵਾਲੀ ਚੀਜ਼ ਹੈ, ਹੋਰ ਕੋਈ ਗੱਸਣੇ ਵਾਲੀ ਚੀਜ਼ ਨਹੀਂ, ਬਿਜਲੀ ਅਗਲੇ ਘਰ ਦੀ ਸਾੜਨੀ ਤੁਸੀਂ। ਠੀਕ ਹੈ, ਅਤੇ ਸਰਕਾਰ ਮੇਰੀ ਕੰਮ ਤੁਹਾਡਾ ਬੰਦਿਆਂ ਕਰਨਾ, ਉਹਦੇ ਵਿੱਚ ਇੱਕ ਸੀਜ਼ਨ ਵਿੱਚ ਚਲੋ ਇਹ ਆਪਣੇ ਪੂਰੇ ਕਰ ਜਾਏਗੀ, ਅੱਗੋਂ ਹਰ ਸੀਜ਼ਨ ਤੁਹਾਨੂੰ ਮੁਨਾਫਾ ਹੀ ਮੁਨਾਫਾ। ਠੀਕ ਹੈ, ਅਗਰ ਵੇਚਣਾ ਚਾਹੋ ਤਾਂ ਵੀ ਇਹ ਕੋਈ ਮਸਲਾ ਨਹੀਂ, ਵਿਕ ਵੀ ਜਾਂਦੀ ਹੈ। ਓਕੇ, ਅਸਲਾਮ ਵਾਲੇਕੁਮ।